ਫਲੱਡ ਇਰੀਗੇਸ਼ਨ ਨੂੰ ਛੱਡ ਕੇ ਬੈੱਡ ਟੈਕਨੀਕ ਜੋ ਕਿ ਫਸਟ ਟਾਈਮ ਅਸੀਂ ਇੰਪਲੀਮੈਂਟ ਕੀਤੀ ਹੈ। ਮੈਂ ਸਾਰੇ ਬਾਗ ਦੇ ਵਿੱਚ ਦੋਨੇ ਬੰਨੇ ਖੇਲਾਂ ਨੇ, ਸੈਂਟਰ ਦੇ ਵਿੱਚ ਬੈੱਡ ਆ, ਖੇਲਾਂ 'ਤੇ ਪਾਣੀ ਲਾ ਰਹੇ ਹਾਂ ਅਸੀਂ ਔਰ ਕਰੀਬ ਮੋਟਰ ਦੇ ਨਾਲ ਭਰ ਰਿਹਾ ਮੈਂ ਜੀ। 2 ਘੰਟਿਆਂ ਦੇ ਵਿੱਚ 1 ਕਿੱਲਾ ਕੋਰ ਸੀ ਜਾਂ ਪਹਿਲੀ ਵਾਰੀ ਪਾਈਆਂ ਸੀ, 2 ਘੰਟੇ ਲੱਗੇ ਜੀ 1 ਕਿੱਲੇ 'ਤੇ ਔਰ ਮੈਨੂੰ ਅੰਦਾਜ਼ਾ ਹੈ ਕਿ ਇਸ ਤੋਂ ਬਾਅਦ 1.5 ਘੰਟੇ 'ਚ ਮੋਟਰ 1 ਕਿੱਲਾ ਭਰ ਦੂਗੀ, ਜਦੋਂ ਕਿ ਬਾਕੀ 5 ਕਨਾਲਾਂ ਦੇ ਲਈ ਮੈਨੂੰ 4 ਤੋਂ 5 ਘੰਟੇ ਪਾਣੀ ਦੀ ਲੋੜ ਹੈ। ਬਹੁਤ ਜ਼ਿਆਦਾ ਪਾਣੀ ਸੇਵ ਹੈ ਔਰ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਕੀ ਹੋਣਗੇ ਇਹ ਅਸੀਂ ਦੇਖਦੇ ਰਹਾਂਗੇ ਜੀ, ਕਿ ਇਹਦੇ ਸਾਨੂੰ ਕਿੰਨਾ ਬੈਨੀਫਿਟ ਹੁੰਦਾ ਜਾਂ ਕੀ ਇਹਦਾ ਰਿਜ਼ਲਟ ਆਉਂਦਾ। ਅੱਜ ਫਸਟ ਟਾਈਮ ਫਲੱਡ ਇਰੀਗੇਸ਼ਨ ਨੂੰ ਛੱਡ ਕੇ ਅਸੀਂ ਬੈੱਡ ਟੈਕਨੀਕ ਦੇ ਰਾਹੀਂ ਅਮਰੂਦ ਦੇ ਬਾਗ ਨੂੰ ਪਾਣੀ ਲਾ ਰਹੇ ਹਾਂ, ਜੋ ਕਿ 2.5-3 ਸਾਲ ਦਾ ਬਾਗ ਹੈ।